ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਕੋਈ ਵੀ ਵੱਡੀ ਤੋਂ ਵੱਡੀ ਬਿਮਾਰੀ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਨੇ ਹਲੇ ਤੱਕ ਠੀਕ ਨਹੀਂ ਹੋਏ ਕਈ-ਕਈ ਸਾਲਾਂ ਤੋਂ ਆਪਣੀਆਂ ਬਿਮਾਰੀਆਂ ਦੇ ਇਲਾਜ ਕਰਵਾ ਰਹੇ ਨੇ ਠੀਕ ਨਹੀਂ ਹੋ ਰਹੇ ਤਾਂ ਜ਼ਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਗਰੰਟੀ ਦੇ ਨਾਲ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਕਰਵਾ ਸਕਦੇ ਹਾਂ ਪਹਿਲੇ ਦਿਨ ਤੋਂ ਤੁਹਾਨੂੰ 10% ਆਪਣੀ ਬਿਮਾਰੀ ਦੇ ਵਿੱਚ ਆਰਾਮ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਬਹੁਤ ਹੀ ਸਤਿਗੁਰਾਂ ਦੀ ਕਿਰਪਾ ਹੈ ਕਿ ਸੰਗਤ ਤੇ ਜੋ ਇਹਨਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਰਹੇ ਨੇ WhatsApp ਗਰੁੱਪਾਂ ਤੇ Facebook ਗਰੁੱਪਾਂ ਤੇ ਉਹਨਾਂ ਸਭ ਦਾ ਧੰਨਵਾਦ। ਬਾਕੀ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਹੈ ਜਿਹੜਾ ਉਹਦੇ ਹਿੱਸੇਦਾਰ ਨਹੀਂ ਬਣੇ, ਸਬਸਕ੍ਰਾਈਬ ਨਹੀਂ ਕੀਤਾ। ਉਹ ਜ਼ਰੂਰ ਲਾਲ ਬਟਨ ਦਬਾ ਕੇ ਨਾਲ ਘੰਟੀ ਵਾਲਾ ਬਟਨ ਦਬਾ ਕੇ ਸਾਡੇ ਚੈਨਲ ਦੇ ਹਿੱਸੇਦਾਰ ਬਣ ਜਾਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਜਿਸ ਬਿਮਾਰੀ ਦੇ ਵਿਸ਼ੇ ਦੇ ਸੰਬੰਧ ਵਿੱਚ ਮੈਂ ਤੁਹਾਡੇ ਚਾਨਾਂ ਚ ਹਾਜ਼ਰ ਹੋਇਆ ਜੋ ਮਾਹ ਪ੍ਰਸ਼ਾਂ ਦਾ ਨੁਕਸਾ ਤੁਹਾਡੀ ਚੋਲੀ ਦੇ ਵਿੱਚ ਪਾਉਣ ਵਾਸਤੇ ਹਾਜ਼ਰ ਹੋਇਆ ਉਹ ਹੈ ਬਾਝਪਨ ਇੱਕ ਐਸੀ ਸਮੱਸਿਆ ਹੈ ਇਸਤਰੀ ਦੇ ਵਿੱਚ ਵੀ ਉਹ ਦੇ ਕਾਰਨ ਨੂੰ ਬਰਬਾਦ ਕਰ ਦਿੰਦੀ ਹੈ ਹਰ ਸਮੇਂ ਕਹਾਵਤ ਹੈ ਨਾ ਵੀ ਮਾਵਾ ਹੋਵਣ ਭਾਵੇਂ ਪਰੀਆਂ ਨਾਲ ਹੁਸਨ ਦੇ ਲਦਲਦ ਪਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ ਬਾਹਾਂ ਜਪਣ ਇੱਕ ਐਸੀ ਸਮੱਸਿਆ ਜਿਹਦੇ ਨਾਲ ਪਰਿਵਾਰ ਦੇ ਵਿੱਚ 파ੜ ਪਈ ਜਾਂਦਾ ਇੱਕ ਦਿਨ ਤਲਾਕ ਤੱਕ ਵੀ ਨੌਬਤ ਆ ਜਾਂਦੀ ਹੈ ਕੋਈ ਪਰਿਵਾਰ ਦਾ ਮੈਂਬਰ ਪਿਆਰ ਨਾਲ ਨਹੀਂ ਬੋਲਦਾ ਹਨਾ ਜੀ ਬੜੀ ਮੁਸ਼ਕਲ ਭਰੀ ਜ਼ਿੰਦਗੀ ਹੈ ਉਹਨਾਂ ਲਈ ਜਿਨ੍ਹਾਂ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਬੱਚਾ ਨਹੀਂ ਹੈ ਗੋਦ ਚ ਸੋ ਜਿਹੜਾ ਮੈਂ ਨੁਕਸਾ ਤੁਹਾਨੂੰ ਮਹਾਂਪੁਰਸ਼ਾਂ ਦਾ ਦੱਸਣ ਲੱਗਿਆ ਉਹ ਚਾਹੇ ਛਟਾਮ ਤੇ ਗਰੰਟੀ ਲਿਖ ਕੇ ਲੈ ਲਓ 10 ਲੱਖ ਦਾ ਮੈਂ ਇਨਾਮ ਦੇਣ ਲਈ ਤਿਆਰ ਹਾਂ ਜੇ ਉਹ ਇਸਤਰੀ ਇਸ ਨੁਕਸੇ ਨੂੰ ਵਰਤੇ ਤਾਂ ਗਰੰਟੀ ਦੇ ਨਾਲ ਚਾਹੇ ਕਿੰਨੇ ਸਾਲਾਂ ਤੋਂ ਮਰਜੀ ਉਹਦੇ ਕੋਲੇ ਬੱਚਾ ਨਹੀਂ ਹੋਇਆ ਤਾਂ ਗਰੰਟੀ ਦੇ ਨਾਲ ਉਹਦਾ ਬਾਂਝਪਨ ਖਤਮ ਹੋਏਗਾ ਚਾਹੇ ਸਮੱਸਿਆ ਕੋਈ ਵੀ ਆਉਂੇ ਚਾਹੇ ਉਹਦੀਆਂ ਟੂਬਾਂ ਬੰਦ ਨੇ ਚਾਹੇ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੈ ਸੋਜ ਹੈ ਰਸੌਲੀ ਹੈ ਜਾਂ ਅੰਡਾ ਨਹੀਂ ਬਣਦਾ ਕਿਸੇ ਤਰ੍ਹਾਂ ਦੀ ਕੋਈ ਵੀ ਇਸਤਰੀ ਦੇ ਵਿੱਚ ਘਾਟ ਹੈ ਜਾਂ ਮੈਨਸ ਪੀਰੀਅਡ ਨਹੀਂ ਆ ਰਹੀ ਤਾਂ ਮੈਂ ਗਰੰਟੀ ਸ਼ਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ 10 ਲੱਖ ਤੱਕ ਦਾ ਇਨਾਮ ਦੇਣ ਨੂੰ ਤਿਆਰ ਹਾਂ ਜਿਹੜਾ ਇਹ ਦਵਾਈ ਖਾ ਕੇ ਕਦੇ ਮੈਂ ਠੀਕ ਨਹੀਂ ਹੋਇਆ ਜਾਂ ਮੇਰੇ ਬੱਚਾ ਨਹੀਂ ਹੋਇਆ ਉਹ ਇਸਤਰੀ ਲਈ ਇਹ ਅਮਰਤ ਹੈ ਨੁਕਸਾ ਉਹ ਹੈ ਜੀ ਅ ਪੰਜ ਇੱਕ ਚੀਜ਼ਾਂ ਨੇ ਉਹ ਲੈ ਕੇ ਸਵੇਰੇ ਸ਼ਾਮ ਖਾਲੀ ਪੇਟ ਤੁਸੀਂ ਲੈਣੀਆਂ ਨੇ ਉਹ ਨੋਟ ਕਰ ਲਓ ਇੱਕ ਤੇ ਲੈਣੀ ਹੈ ਤੁਸੀਂ ਪਿੱਪਲ ਦੀ ਦਾੜੀ ਪਿੱਪਲ ਦਰਖਤ ਹੁੰਦਾ ਹੈ ਉਹਦੀ ਦਾੜੀ ਉਹਦੇ ਉੱਪਰ ਜਟਾਂ ਜੀਆਂ ਵਾਂਗੂ ਉੱਪਰ ਦਾੜੀ ਨਿਕਲਦੀ ਹੈ ਪੱਤਿਆਂ ਦੇ ਟਹਿਣੀਆਂ ਦੇ ਵਿੱਚ ਪਿੱਪਲ ਦੀ ਦਾੜੀ ਇਹ ਪੰਸਾਰੀਆਂ ਦੇ ਆਮ ਚੀਜ਼ਾਂ ਮਿਲ ਜਾਂਦੀਆਂ ਨੇ ਪਿੱਪਲ ਦੀ ਦਾੜੀ ਬੋਰਡ ਦੀ ਦਾੜੀ ਇਸੇ ਤਰ੍ਹਾਂ ਵਿਲਾੜ ਡੋਡੇ ਦੀ ਫੁੱਲ ਹੁੰਦੇ ਆ ਇਹ ਵੀ ਪੰਸਾਰੀਆਂ ਤੋਂ ਮਿਲ ਜਾਣਗੇ ਔਰ ਗੁੱਲਰ ਦੇ ਫੁੱਲ ਵਿਲਾੜ ਡੋਡੇ ਦੇ ਫੁੱਲ ਗੁੱਲਰ ਦੇ ਫੁੱਲ ਪਿੱਪਲ ਦੀ ਦਾੜੀ ਬੋਰਡ ਦੀ ਦਾੜੀ ਤੇ ਤુલਸੀ ਦੇ ਬੀਜ ਰਾਮਾ ਤુલਸੀ ਦੇ ਬੀਜ ਇਹ ਸਾਰੀਆਂ ਚੀਜ਼ਾਂ ਕੋਸ਼ਿਸ਼ ਕਰਿਓ ਵੀ ਤੁਹਾਨੂੰ Ориਜਨਲ ਹੀ ਮਿਲਣ ਕਿਉਂਕਿ ਕਈ ਵਾਰੀ ਬੋਰਡ ਦੀ ਦਾੜੀ ਨੂੰ ਪਿੱਪਲ ਦੀ ਬਣਾ ਕੇ ਦੇ ਦਿੰਦੇ ਆ ਤਾਂ ਇਦਾਂ ਦਾ ਨਕੋਸ਼ ਹੋਵੇ ਤુલਸੀ ਆ ਜਿਹੜੀ ਰਾਮ ਤુલਸੀ ਹੁੰਦੀ ਆ ਜਿਹੜੀ ਉਹਦੇ ਬੀਜ ਬੋੜ ਦੀ ਦਾੜੀ ਪਿੱਪਲ ਦੀ ਦਾੜੀ ਵਿਲਾੜ ਡੋਡੇ ਦੇ ਫੁੱਲ ਤੇ ਗੁੱਲਰ ਦੇ ਫੁੱਲ ਇਹ ਪੰਜ ਚੀਜ਼ਾਂ ਤੁਸੀਂ ਲੈਣੀਆਂ ਨੇ ਇੱਕ ਇੱਕ ਬਰਾਬਰ ਦੀਆਂ ਸਮ ਬਰਾਬਰ ਦੀਆਂ 100 100 ਗ੍ਰਾਮ ਲੈ ਲਓ ਸਾਰੀਆਂ ਇਹਨਾਂ ਨੂੰ ਬਿਲਕੁਲ ਬਰੀਕ ਪੀਸ ਕੇ ਮਿਕਸ ਕਰ ਲਓ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਗਾਹ ਦੇ ਦੁੱਧ ਨਾਲ ਦੇਸੀ ਗਾਂ ਦੇ ਦੁੱਧ ਨਾਲ ਸਵੇਰੇ ਤੇ ਸ਼ਾਮ ਖਾਲੀ ਪੇਟ ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਸਵੇਰੇ ਖਾਲੀ ਪੇਟ ਕੁਝ ਵੀ ਖਾਦਾ ਪੀਤਾ ਨਾ ਹੋਵੇ ਦੋ ਟਾਈਮ ਦੇਸੀ ਗਾਂ ਦੇ ਦੁੱਧ ਨਾਲ ਲੈਣੀ ਹੈ ਮੈਂ ਗਰੰਟੀ سٹਾਮਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਚਾਹੇ ਕੋਈ 50 ਸਾਲ ਤੋਂ ਇਸਤਰੀ ਬਾਝ ਪਣ ਦੀ ਸ਼ਿਕਾਰ ਹੈ ਉਹਦੀ ਹਰ ਇੱਕ ਪ੍ਰੋਬਲਮ ਇਹ ਕੱਲਾ ਨੁਕਸਾ ਗਰੰਟੀ ਦੇ ਨਾਲ ਠੀਕ ਕਰ ਦਿੰਦਾ ਹੈ ਬਾਕੀ ਆਪ ਬਣਾ ਸਕਦੇ ਹੋ ਠੀਕ ਹੈ ਨੀਤੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਅਸੀਂ ਇਹ ਦਵਾਈ ਬਣਾ ਕੇ ਵੀ ਦਿੰਨੇ ਆਂ ਕੋਸ਼ਿਸ਼ ਕਰੋ ਪਤੀ ਪਤਨੀ ਦੋਨੋਂ ਮਿਲ ਲੈਣ ਤਾਂ ਜੋ ਨਵਜ ਤੋਂ ਸਾਨੂੰ ਦੋਨਾਂ ਦੇ ਨੁਕਸ ਦਾ ਪਤਾ ਲੱਗ ਜਾਏ ਉਸ ਮੁਤਾਬਕ ਅਗਰ ਤੁਹਾਨੂੰ ਤੁਸੀਂ ਸ਼ੋਰੋਂ ਪਤਾ ਹੈ ਤੁਹਾਨੂੰ ਵੀ ਕੱਲੀ ਇਸਤਰੀ ਦੇ ਵਿੱਚ ਘਾਟ ਹੈ ਤਾਂ ਤੁਸੀਂ ਫਿਰ ਇਸ ਨੁਕਸੇ ਨੂੰ ਲੈ ਸਕਦੇ ਹੋ ਅਗਰ ਮਰਦ ਦੇ ਵਿੱਚ ਦਾ ਕੋਈ ਘਰ ਵਾਲੇ ਦੇ ਵਿੱਚ ਕੋਈ ਨੁਕਸ ਹੈ ਤਾਂ ਉਹ ਫਿਰ ਉਸ ਮੁਤਾਬਕ ਉਹਦੀ ਦਵਾਈ ਚੱਲਦੀ ਹੈ ਪਰ ਜੇ ਇਸਤਰੀ ਦੇ ਵਿੱਚ ਕੱਲੀ ਦੇ ਕਮੀਆਂ ਨੇ ਤਾਂ ਇਕੱਲਾ ਨੁਕਸਾ ਅਮਰਤ ਹੈ ਉਹਦੇ ਲਈ ਮੈਂ ਗਰੰਟੀ ਸ਼ਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਜਿੰਨੇ ਮਰਜ਼ੀ ਦਾ ਜੁਰਮਾਨਾ ਰੱਖ ਲਓ ਗਰੰਟੀ ਦੇ ਨਾਲ ਬਾਝਪਨ ਖਤਮ ਹੁੰਦਾ ਹੈ ਔਰ 3 ਮਹੀਨੇ ਇਹ ਦਵਾਈ ਵਰਤਣੀ ਹੈ ਲਗਾਤਾਰ ਹਰ ਰੋਜ਼ ਨਾਗਾ ਨਾ ਪਵੇ ਤਾਂ ਮੈਂ ਗਰੰਟੀ ਲੇਖ ਕੇ ਦੇਣ ਨੂੰ ਤਿਆਰ ਹਾਂ 1 ਸਾਲ ਦੇ ਵਿੱਚ ਵਿੱਚ ਉਹਦੀ ਗੋਦ ਦੇ ਵਿੱਚ ਬੱਚਾ ਖੇਡੇਗਾ ਬੇਟਾ ਬੇਟੀ ਜੋ ਉਹ ਪਰਮਾਤਮਾ ਦੀ ਖੇਡ ਹੈ। ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ। ਪਿੰਡ ਡਸਕਾ ਜਿਹੜਾ ਏ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ। ਨੇੜੇ ਦੇ ਸ਼ਹਿਰ ਲਹਿਰਾਗਾਗਾ ਵੀ ਪੈਂਦਾ। ਬੁੜਲਾਡਾ ਸ਼ਹਿਰ ਵੀ ਨੇੜੇ ਆ ਇਹਦੇ। ਬਰੇਟਾ ਸ਼ਹਿਰ ਵੀ ਨੇੜੇ ਆ। ਸੁਨਾਮ ਸ਼ਹਿਰ ਵੀ ਨੇੜੇ ਆ। ਡਸਕਾ ਪਿੰਡ ਹੈ। ਹਰ ਐਤਵਾਰ ਨੂੰ ਆਪਾਂ ਸਵੇਰੇ 7:00 ਵਜੇ ਤੋਂ ਸ਼ਾਮ ਦੇ 7:00 ਵਜੇ ਤੱਕ ਮਿਲਦੇ ਆ। ਮੈਨੂੰ ਮਿਲ ਕੇ ਆਪਣੀ ਹਰ ਬਿਮਾਰੀ ਦਾ ਤੁਸੀਂ ਇਲਾਜ ਕਰਵਾ ਸਕਦੇ ਹੋ ਹਰ ਇੱਕ ਦਵਾਈ ਹਰ ਇੱਕ ਬਿਮਾਰੀ ਦੀ ਦੇਸੀ ਦਵਾਈ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ WhatsApp ਗਰੁੱਪਾਂ ਦੇ ਉੱਪਰ Facebook ਗਰੁੱਪਾਂ ਦੇ ਉੱਪਰ ਤੁਹਾਡਾ ਸਭ ਦਾ ਧੰਨਵਾਦ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਯਾਰ ਦੁਖੀ ਜ਼ਿੰਦਗੀ ਸੁਖੀ ਹੋ ਜਾਏ ਕੋਈ ਰੋਂਦਾ ਹੋਇਆ ਹੱਸ ਪੇ ਤਾਂ ਦੂ ਵੱਡੀ ਸੇਵਾ ਨਹੀਂ ਹੈ ਤੁਸੀਂ ਸਭ ਦਾ ਧੰਨਵਾਦ ਜਿੰਨੇ ਵੀ ਇਹਨਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਅੱਗੇ ਦੱਸਿਆ ਵੀ ਕਰੋ ਜਿਹੜੇ ਤੁਹਾਨੂੰ ਪਤਾ ਹੈ ਅੱਗੇ ਦੱਸਿਆ ਵੀ ਕਰੋ ਨਾਲ ਨੰਬਰ ਮੇਰਾ ਦੇ ਦਿਆ ਕਰੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਸਾਡੇ ਨਾਲ ਜੁੜੇ ਹੋ ਤੁਹਾਡਾ ਸਰਬੱਤ ਦਾ ਧੰਨਵਾਦ ਆਓ ਰਲ ਮਿਲ ਕੇ ਸਾਰੇ ਕਾਦਰ ਦੀ ਕੁਦਰਤ ਦੇ ਵਿੱਚ ਆਪਣੇ ਸਾਰੇ ਇਲਾਜ ਨੇ ਉਹਨਾਂ ਨੂੰ ਕਰਕੇ ਸੁਖੀ ਹੋਈਏ ਖੁਸ਼ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ